ਅੰਤਰਰਾਸ਼ਟਰੀ ਸਰਹੱਦ ਦੇ ਉੱਤੇ ਵਸੇ ਪਾਰਲੀਮਾਨੀ ਹਲਕਾ ਗੁਰਦਾਸਪੁਰ ਦੇ ਵਿੱਚ ਜਿਹੜਾ ਸਿੰਜਾਈ ਦਾ ਸਾਧਨ ਹੈ ਉਹ ਅਪਰ ਬਰੀ ਦੁਆਬ ਕਨਾਲ ਸਿਸਟਮ ਹੈਗਾ ਹੈ, ਜਿਹਦੀਆਂ 7 ਬ੍ਰਾਂਚਾਂ ਹੈਗੀਆਂ ਨੇ ਅਤੇ ਉਹ 400 ਕਿਲੋਮੀਟਰ ਤੱਕ ਦਾ ਇਹ ਏਰੀਆ ਕਵਰ ਕਰਦੀਆਂ ਨੇ ਬ੍ਰਾਂਚਾਂ ਦੇ। ਉਹਦੀਆਂ ਅੱਗੋਂ ਸਭ ਬ੍ਰਾਂਚਾਂ ਸੂਏ, ਖਾਲੇ ਅਤੇ ਮੋਗੇ ਜਿਹੜੇ ਨੇ ਉਹ ਕੋਈ 250 ਦੇ ਕੋਲ ਨੇ, ਉਹ 2400 ਕਿਲੋਮੀਟਰ ਏਰੀਆ ਕਵਰ ਕਰਦੇ ਨੇ ਅਤੇ ਇਹ ਮਾਝੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਿੰਜਾਈ ਦਾ ਸਾਧਨ ਹੈ। ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਇਹਦੇ ਵਿੱਚ ਨਹਿਰੀ ਪਾਣੀ ਦਾ ਆਖਰੀ ਜ਼ਮੀਨ ਦੇ ਏਕੜ ਤੱਕ ਪਹੁੰਚਣਾ ਮੁਸ਼ਕਲ ਹੋਇਆ ਹੈ, ਉਹ ਸਮੇਂ ਦੀ ਜ਼ਰੂਰਤ ਹੈ ਕਿ ਇਹਦੇ ਉੱਤੇ ਤੁਰੰਤ ਧਿਆਨ ਦਿੱਤਾ ਜਾਵੇ। ਉਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਜੇ ਨਹਿਰੀ ਪਾਣੀ ਜਿਹਦੇ ਵਿੱਚ ਖਣਿਜ ਪਦਾਰਥ ਪਹਾੜਾਂ ਤੋਂ ਰੁੜ ਕੇ ਆਉਂਦੇ ਨੇ ਔਰ ਪਾਣੀ ਦਾ ਇੱਕ ਫਲੋ ਮੇਨਟੇਨਡ ਹੁੰਦਾ ਹੈ ਔਰ ਜਲਦੀ ਪਾਣੀ ਦੇ ਨਾਲ ਸਿੰਜਾਈ ਹੋ ਜਾਂਦੀ ਹੈ, ਉਹਦੇ ਨਾਲ ਕੀ ਹੋ ਰਿਹਾ ਕਿ ਜਦੋਂ ਖੁਰਾਕੀ ਤੱਤ ਨਹੀਂ ਆ ਰਹੇ ਉਨੀ ਜ਼ਿਆਦਾ ਖਾਦਾਂ ਪੈ ਰਹੀਆਂ ਨੇ, ਦਵਾਈਆਂ ਪੈ ਰਹੀਆਂ ਨੇ, ਉਨਾ ਹੀ ਜ਼ਿਆਦਾ ਪਾਣੀ ਟਿਊਬਵੈੱਲਾਂ ਰਾਹੀਂ ਜ਼ਮੀਨ ਦੇ ਥੱਲਿਓਂ ਖਿੱਚਿਆ ਜਾ ਰਿਹਾ ਜਿਹਦੇ ਨਾਲ ਜ਼ਮੀਨ ਹੇਠਲਾ ਪਾਣੀ ਗੰਦਲਾ ਹੋਈ ਜਾ ਰਿਹਾ। ਉਹਦੇ ਨਾਲ ਜ਼ਮੀਨ ਦੀ ਜਿਹੜੀ ਆਪਣੀ ਸਿਹਤ ਹੈ ਉਹ ਵੀ ਖਰਾਬ ਹੋ ਰਹੀ ਹੈ। ਇਹਨਾਂ ਚੀਜ਼ਾਂ ਨੂੰ ਪ੍ਰਮੁੱਖ ਵਿੱਚ ਰੱਖਦਿਆਂ ਹੋਇਆਂ ਜੇ ਇਹ ਸਿਸਟਮ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ ਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਪੰਜਾਬ ਦੇ ਜਿਸ ਤਰ੍ਹਾਂ ਬਲਾਕਾਂ ਦੇ ਵਿੱਚ ਪਾਣੀ ਖਰਾਬ ਹੋ ਚੁੱਕਿਆ ਤੇ ਇਸ ਇਲਾਕੇ ਦੇ ਵਿੱਚ ਵੀ ਪਾਣੀ ਦੀ ਸ਼ੁਰੂਆਤ ਤੇ ਹੋ ਗਈ ਹੈ ਖਰਾਬ ਹੋਣ ਦੀ। ਜਿਸ ਤਰ੍ਹਾਂ ਕਿ ਬੀਤੇ ਦਿਨੀ ਜਿਹੜਾ ਸੈਂਟਰਲ ਗਰਾਊਂਡ ਵਾਟਰ ਬੋਰਡ ਆ ਉਹਨੇ ਜੋ ਸਰਵੇ ਦਿੱਤਾ ਹੈ, ਰਿਪੋਰਟ ਦਿੱਤੀ ਹੈ, ਉਹਦੇ ਵਿੱਚ ਇਸ ਇਲਾਕੇ ਦੇ ਪਾਣੀ ਦੇ ਵਿੱਚ ਆਰਸੈਨਿਕ ਤੇ ਯੂਰੇਨੀਅਮ ਦੀ ਵੀ ਬਹੁਤਾਤ ਪਾਈ ਜਾ ਰਹੀ ਹੈ। ਸਮਾਂ ਇਹ ਇਸ ਵੇਲੇ ਕਿ ਇਹਦੇ ਉੱਤੇ ਬੜੀ ਸੰਜੀਦਗੀ ਨਾਲ ਧਿਆਨ ਦੇਣ ਦਾ। ਜੋ ਫਾਈਨੈਂਸ ਕਮਿਸ਼ਨ ਨੂੰ ਰਿਪੋਰਟ ਦਿੱਤੀ ਗਈ ਹੈ ਜਾਂ ਕੇਂਦਰੀ ਅਦਾਰਿਆਂ ਕੋਲੋਂ ਇਸ ਅਪਰ ਬਰੀ ਦੁਆਬ ਕਨਾਲ ਸਿਸਟਮ ਦੀ ਰੀਮੋਡਲਿੰਗ ਕਰਨ ਦੀ ਅਤੇ ਕੱਸੀਆਂ ਤੱਕ ਨੂੰ ਪਾਣੀ ਠੀਕ ਕਰਨ ਦੀ ਦਿੱਤੀ ਗਈ ਹੈ, ਉਹਦੇ ਵਿੱਚ ਲਗਭਗ 800 ਦੇ ਕੋਲ ਛੋਟੇ ਮੋਟੇ ਪੁਲ ਹੈਗੇ ਨੇ, ਉਹਦੇ ਵਿੱਚ ਮੋਗੇ ਹੈਗੇ ਨੇ, ਕੋਈ 300 ਕਰੀਬ ਦੇ ਕੋਲ ਜਿਹੜੇ ਵਾਟਰਫਾਲ ਨੇ ਛੋਟੇ ਜਿੱਥੋਂ ਪਾਣੀ ਡਿਸਟ੍ਰੀਬਿਊਟ ਹੁੰਦਾ ਹੈ, ਉਹਨਾਂ ਨੂੰ ਇਸ ਵੇਲੇ ਸੁਧਾਰਨ ਦੀ ਲੋੜ ਹੈਗੀ ਹੈ। ਜੇ ਸਮਾਂ ਰਹਿੰਦਿਆਂ ਉਹਨੂੰ ਨਹੀਂ ਸੁਧਾਰਦੇ ਅਤੇ ਜਿੱਥੇ ਬਿਜਲੀ ਦੀ ਖਪਤ ਵੱਧ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਜਦੋਂ ਫਸਲ ਆਉਣੀ ਹੈ ਅਤੇ ਉਦੋਂ ਬਿਜਲੀ ਦੇ ਕੱਟ ਲੱਗਣੇ ਨੇ, ਡੈਮਾਂ ਦੇ ਵਿੱਚ ਪਾਣੀ ਅੱਗੇ ਘੱਟ ਹੈ ਅਤੇ ਅੱਗੋਂ ਜਿਹੜਾ ਫਲੋ ਸਿਸਟਮ ਹੈ ਜਿਹੜਾ ਇਹਨਾਂ ਦਰਿਆਵਾਂ ਦੇ ਸੂਇਆਂ ਦੇ ਰਾਹੀਂ ਪਹੁੰਚਣਾ ਹੈ ਕਿਸਾਨਾਂ ਤੱਕ, ਉਹਦੀ ਰੀਮੋਡਲਿੰਗ ਹੋਈ ਨਹੀਂ ਹੈਗੀ ਅਤੇ ਵਾਟਰ ਰੀਚਾਰਜਿੰਗ ਵੀ ਨਹੀਂ ਹੋ ਰਹੀ ਅਤੇ ਜ਼ਮੀਨ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਗੰਦਲਾ ਹੁੰਦਾ ਜਾ ਰਿਹਾ। ਇਹ ਕਿੰਨੇ ਸੋਚਣਾ ਹੈ ਸਾਡੇ ਤੱਕ ਜਦੋਂ ਇਹ ਮੁਸ਼ਕਲ ਪਹੁੰਚ ਚੁੱਕੀ ਹੈ ਔਰ ਦੂਰੋਂ ਆਉਂਦੀ ਦਿਖ ਰਹੀ ਸੀ, ਮੌਕੇ ਦੀ ਨਜ਼ਾਕਤ ਇਹ ਕਹਿੰਦੀ ਹੈ ਕਿ ਆਪ ਹੀ ਹਮਲਾ ਮਾਰਨਾ ਪੈਣਾ ਹੈ। ਇਹਨੂੰ ਬੜੀ ਗੰਭੀਰਤਾ ਨਾਲ ਸੋਚ ਵਿਚਾਰਨ ਦੀ ਲੋੜ ਆ ਕਿ ਅੱਗੇ ਬਾਰਡਰ 'ਤੇ ਬੈਠੇ ਹਾਂ ਔਰ ਮੁਸ਼ਕਲਾਂ ਇੰਨੀਆਂ ਨੇ ਕਿ ਉਹਨਾਂ ਤੋਂ ਇਲਾਵਾ ਜਿਹੜੀਆਂ ਮੈਨਮੇਡ ਮੁਸ਼ਕਲਾਂ ਨੇ ਉਹਨਾਂ ਨੂੰ ਤਾਂ ਸੁਧਾਰ ਲਿਆ ਜਾਵੇ।